ਦੋਸਤੋ ਇਹ ਲੈਂਡ ਸਿੱਧੀ ਹੋ ਗਈ ਜੀ ਜਨਾਬ ਅਤੇ ਹੁਣ ਇਸ ਨੂੰ ਚਲਾਉਂਦੇ ਨੇ ਅਤੇ ਫਿਰ ਆਪਾਂ ਜਿਹੜਾ ਨਾ ਕੰਪਲੀਟ ਕਰਨੇ ਹੈ ਇਸ ਦਾ ਮਾਮਲਾ ਮਿਹਰਬਾਨੀ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਨੇ ਇਹ ਜਿਹੜੀਆਂ ਚੀਜ਼ਾਂ ਨੂੰ ਹੱਥ ਲਾਉਂਦਾ ਪਏ ਤਾਰਾਂ ਲੱਗੀਆਂ ਹੋਈਆਂ ਨੇ ਇਹ ਕੀ ਕੰਮ ਕਰਦੀਆਂ ਨੇ ਇਹ ਜੀ ਇੱਟਾਂ ਕੱਟਦੀਆਂ ਨੇ ਇੱਟਾਂ ਤਾਂ ਨਿਕਲਦੀਆਂ ਨੇ ਇੱਟਾਂ ਨੂੰ ਕਟਾਈ ਕਰਦੀਆਂ ਨੇ ਇਹ ਇੱਕ ਪੀਸ ਵੱਡਾ ਨਿਕਲਦਾ ਹੁੰਦਾ ਫਿਰ ਚਾਰ ਪੀਸ ਹੋ ਜਾਂਦੇ ਅੱਛਾ ਉੱਥੇ ਜਾ ਕੇ ਚਾਰ ਹੋ ਜਾਂਦੇ ਦੋਸਤੋ ਇੱਕ ਲੰਬਾ ਪੀਸ ਨਿਕਲਦਾ ਜਨਾਬ ਫਿਰ ਜਿਸ ਤਰੀਕੇ ਬਰਫੀ ਨੂੰ ਕੱਟਦੇ ਨੇ ਉਸ ਤਰੀਕੇ ਇੱਟਾਂ ਦੀ ਕਟਾਈ ਹੁੰਦੀ ਹੈ ਅਤੇ ਅਗਲੀ ਸਾਈਡ 'ਤੇ ਨਿਕਲਣਗੇ ਅਤੇ ਤੁਹਾਨੂੰ ਚਲਾ ਕੇ ਵਿਖਾਉਂਦੇ ਹਾਂ ਜਨਾਬ ਕਿਸ ਤਰੀਕੇ ਕੱਟਦੇ ਨੇ ਦੋਸਤਾਂ ਵਿੱਚ ਡੀਜ਼ਲ ਦਾ ਇਸਤੇਮਾਲ ਹੋਇਆ ਜਿਹਦੀ ਵਜ੍ਹਾ ਨਾਲ ਜਿਹੜੀਆਂ ਇੱਟਾਂ ਸਪੀਡ ਨਾਲ ਥੱਲੇ ਜਾਣ ਦੇ ਰਾਹ 'ਚ ਰੁਕਣ ਨਾਲ ਇਹ ਵੇਖ ਸਕਦੇ ਜੇ ਹੁਣ ਇਸ ਨੂੰ ਚਲਾਉਂਦੇ ਪਏ ਨੇ ਮੈਸੀ 240 ਇਹ ਸਫਾਈ ਕਰ ਰਹੇ ਨੇ ਜਨਾਬ ਇਹਨਾਂ ਦੀ ਐਡਜਸਟਮੈਂਟ ਵੀ ਕਰ ਰਹੇ ਨੇ ਇਹ ਵੇਖ ਸਕਦੇ ਪਹਿਲੇ ਗੇਅਰ ਦੇ ਵਿੱਚ ਚੱਲ ਪਿਆ ਜੇ ਇਹ ਮਿੱਟੀ ਇਹਦੇ ਵਿੱਚ ਪਵਣਗੇ ਜਨਾਬ ਇਹ ਮਿੱਟੀ ਪੈ ਰਹੀ ਇਹ ਵੇਖ ਸਕਦੇ ਦੋਸਤੋ ਇਹਦੇ ਵਿੱਚ ਮਿੱਟੀ ਪੈ ਰਹੀ ਹੈ ਇਹ ਲੰਬੀਆਂ ਲੰਬੀਆਂ ਇੱਟਾਂ ਨਿਕਲੀਆਂ ਕੋਈ ਪ੍ਰੋਬਲਮ ਆ ਗਈ ਹੈ ਉਹ ਤਾਰ ਨਹੀਂ ਲਗਾਈ ਉਹਨਾਂ ਨੇ ਹੁਣ ਤਾਰ ਲਗਾਉਂਦੇ ਪਏ ਨੇ ਇਸ ਤਾਰ ਦਾ ਕੀ ਮਕਸਦ ਹੈ ਠੀਕ ਹੋ ਗਿਆ ਦੋਸਤੋ ਇਹ ਜਿਹੜੀ ਮੋਟਰ ਹੈਗੀ ਹੈ ਇਹਦਾ ਬੈਲਟ ਲੱਗਾ ਹੋਇਆ ਜੇ ਇਹ ਅਸੀਂ ਜਿਹੜਾ ਪੀਸ ਨਿਕਲਦਾ ਪਿਆ ਨਾ ਇੱਟ ਮੰਨ ਕੇ ਇਹ ਅੱਗੇ ਸਪੀਡ ਨਾਲ ਲਿਜਾ ਕੇ ਜੀ ਉਹ ਪਹਿਲਾ ਮਰਹਲਾ ਟਰੈਕਟਰ ਦਾ ਦੂਸਰਾ ਮਰਹਲਾ ਇਹ ਮੱਟੀ ਪੈਂਦੀ ਪਈ ਜੇ ਇਹ ਵੇਖ ਸਕਦੇ ਜੀ ਇਹ ਦੇਖ ਲਓ ਜਨਾਬ ਇਹ ਇੱਟਾਂ ਜਨਾਬ ਇਹ ਲੰਬੀਆਂ ਬਣਦੀਆਂ ਪਈਆਂ ਨੇ ਇਹ ਕਟਾਈ ਵੇਖ ਲਓ ਜਨਾਬ ਇਹ ਕਿਸਾ ਕੱਟਿਆ ਗਿਆ ਹੈ ਦੂਸਰਾ ਹਿੱਸਾ ਇਹ ਅਗਲਾ ਮਰਹਲਾ ਜਨਾਬ ਇੱਥੇ ਆ ਗਏ ਇਹਨੇ ਚਾਰ ਹਿੱਸੇ ਬਣਦੇ ਪਏ ਜੀ ਚਾਰ ਹਿੱਸੇ ਉਹ ਸਾਹਮਣੇ ਟਰੇ ਦੇ ਵਿੱਚ ਆ ਰਹੀਆਂ ਹੁਣ ਮੈਂ ਦੂਸਰੀ ਸਾਈਡ 'ਤੇ ਇਹ ਜਿਹੜੀ ਇਜ਼ਾਫੀ ਮਿੱਟੀ ਬਚਦੀ ਹੈ ਉਹਨੂੰ ਉਹ ਟੁਕੜਿਆਂ ਦੀ ਤਰ੍ਹਾਂ ਬਾਹਰ ਕੱਢੀ ਜਾਂਦੇ ਨੇ ਅਤੇ ਇਹਨੂੰ ਦੁਬਾਰਾ ਮੇਰੇ ਖਿਆਲ ਉੱਥੇ ਪਿੱਛੇ ਲੈ ਜਾਣਗੇ ਫਿਰ ਬਣਨਗੇ ਇਹ ਵੇਖ ਸਕਦੇ ਜੀ ਇਹ ਤਿਆਰ ਹੋ ਗਈਆਂ ਨੇ ਇਹ ਵੇਖ ਲਓ ਯਾਰ ਇਹ ਡੀਜ਼ਲ ਦਾ ਕਮਾਲ ਹੈ ਆਰਾਮ ਨਾਲ ਉਤਰ ਗਈਆਂ ਨੇ ਕੈਮੀਕਲ ਦੇ ਡੀਜ਼ਲ ਜੀ ਅਤੇ ਦੋਸਤੋ ਇਹ ਲੱਗਿਆ ਹੋਇਆ ਜਿਹੜਾ ਡੀਜ਼ਲ ਹੈ ਨਾ ਉਹਦੀ ਕਰਾਮਾਤ ਜ਼ਿਆਦਾ ਮੈਨੂੰ ਨਜ਼ਰ ਆ ਰਹੀ ਹੈ
ਤੇ ਬਾਕੀ ਸਾਰਾ ਕੁਝ ਮਸ਼ੀਨੀ ਹੈ ਲੇਕਿਨ ਜਿਹੜੇ ਦੋਸਤ ਕੰਮ ਕਰਦੇ ਪਏ ਨੇ ਇਹ ਵੀ ਬੜਾ ਟੈਕਨੀਕਲ ਬੰਦੇ ਹੈਗੇ ਨੇ ਕੋਈ ਆਮ ਬੰਦਾ ਇਹ ਕੰਮ ਨਹੀਂ ਕਰਦਾ ਐਸਾ ਐਸਾ ਸਿੱਖ ਤੇ ਕਰਦਾ ਹੈ ਕਾਫੀ ਇਹਦੇ ਵਿੱਚ ਇਹਨੂੰ ਜ਼ਹਾਨਤ ਦੀ ਜ਼ਰੂਰਤ ਹੈ ਇਹ ਦੇਖ ਸਕਦੇ ਜੀ ਜਨਾਬ ਅਤੇ ਕੁਛ ਨਾ ਕੁਛ ਟ੍ਰੇਨਿੰਗ ਤੋਂ ਬਾਅਦ ਬੰਦਾ ਕਾਮਯਾਬ ਹੋ ਜਾਂਦਾ ਇਸ ਤਰ੍ਹਾਂ ਦੀ ਇੱਟਾਂ ਬਣਾਉਣ ਵਾਸਤੇ ਅਤੇ ਦੋਸਤੋ ਇਹ ਪ੍ਰੋਸੀਜਰ ਤੁਸੀਂ ਚੈੱਕ ਕਰ ਲਿਆ ਹੈ ਇਹ ਦੇਖ ਸਕਦੇ ਜੀ ਇਹ ਸਾਰੀਆਂ ਮਸ਼ੀਨੀ ਇੱਟਾਂ ਹੈਗੀਆਂ ਜੀ ਅਤੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ ਬਹੁਤ ਵਧੀਆ ਜੀ ਦੋਸਤੋ ਇੱਥੇ ਆ ਕੇ ਨਾ ਇੱਟਾਂ ਰੱਖਦੇ ਪਏ ਨੇ ਜਨਾਬ ਬਹੁਤ ਹੀ ਵਧੀਆ ਨਿਜ਼ਾਮ ਹੈ ਇੱਟਾਂ ਲਿਆਉਣ ਦਾ ਅਗਰ ਕੋਈ ਬੰਦਾ ਲੇਬਰ ਤੋਂ ਇਹ ਕੰਮ ਲੈਂਦਾ ਤਾਂ ਫਿਰ ਥੋੜ੍ਹਾ ਜਿਹਾ ਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਲੇਬਰ ਦੀ ਨਿਸਬਤ ਬਹੁਤ ਹੀ ਆਸਾਨੀ ਨਾਲ ਜਨਾਬ ਨਾਲ ਕਮਾਲ ਦੀ ਪਰਫਾਰਮੈਂਸ ਹੈ ਅਤੇ ਜ਼ਿਆਦਾ ਕੰਮ ਨਿਬੜ ਜਾਂਦਾ ਇਸ ਟਰੈਕਟਰ ਦੇ ਨਾਲ ਇੱਟਾਂ ਕੱਢਣ ਨਾਲ ਇਹ ਵੇਖ ਸਕਦੇ ਹਾਂ ਜਨਾਬ ਕਿਸ ਤਰੀਕੇ ਅਨਲੋਡ ਹੁੰਦੀਆਂ ਪਈਆਂ ਨੇ ਆਫਲੋਡ ਦੋਸਤੋ ਸਾਹਮਣੇ ਲੋਡਿੰਗ ਹੋ ਰਹੀ ਹੈ ਅਤੇ ਇਹ ਜਾ ਰਹੀ ਹੈ ਉੱਥੇ ਆਫ ਲੋਡ ਹੋਣ ਗਿਆ ਇਹ ਵੇਖ ਲਓ ਜਨਾਬ ਕਿਸ ਤਰੀਕੇ ਥੱਲੇ ਉਤਾਰੀਆਂ ਜਾਂਦੀਆਂ ਪਈਆਂ ਨੇ ਇਹ ਵੇਖ ਲਓ ਕਿਆ ਬਾਤ ਹੈ ਜਨਾਬ